ਤੇ ਕਾਲ ਕਰ ਸਕਦੇ ਹੋ। ਬਾਣੀ ਗੁਰੂ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਪਰ ਤਖ ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, ਵੇਅਰ ਟੈਕਸਿਸ ਆਰ ਲੈਸ ਟੈਕਸਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ।
ਵਿਊਅਰਸ, ਇਹ ਸੈਗਮੈਂਟ ਦੇ ਵਿੱਚ ਅਸੀਂ ਕਈ ਵਾਰ ਉਹਨਾਂ ਮਾਮਲਿਆਂ ਦਾ, ਉਹਨਾਂ ਕੇਸਿਸ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਦੇਸ਼ ਧਰੋਹ ਦੇ, ਅੱਤਵਾਦ ਦੇ, ਭਾਰਤ ਦੇ ਖਿਲਾਫ ਜੰਗ ਐਲਾਨਣ ਦੇ ਜਿਹੜੀਆਂ ਧਾਰਾਵਾਂ ਹੈਗੀਆਂ ਨੇ ਉਹਨਾਂ ਦੇ ਤਹਿਤ ਉਹਨਾਂ 'ਤੇ ਮਾਮਲੇ ਦਰਜ ਕੀਤੇ ਜਾਂਦੇ ਨੇ, ਪਰ ਅਦਾਲਤਾਂ ਦੇ ਵਿੱਚ ਜਾ ਕੇ ਜਿਹੜੇ ਉਹ ਮਾਮਲੇ ਨੇ ਉਹ ਡਿੱਗ ਪੈਂਦੇ ਨੇ। ਅਜਿਹਾ ਹੀ ਇੱਕ ਕੇਸ ਅੱਜ ਸਾਡੇ ਸਾਹਮਣੇ ਆਇਆ। ਅਸੀਂ ਗੱਲ ਕਰ ਰਹੇ ਹਾਂ 1981 ਦੇ ਵਿੱਚ ਜਿਹੜਾ ਇੰਡੀਅਨ ਏਅਰਲਾਈਨਸ ਦੀ ਹਵਾਈ ਜਹਾਜ਼ ਨੂੰ ਹਾਈਜੈਕ ਕਰਨ ਦਾ ਮਾਮਲਾ ਸੀ। ਉਸ ਦੇ ਵਿੱਚ 2011 ਦੇ ਵਿੱਚ ਦਿੱਲੀ ਦੀ ਜਿਹੜੀ ਅਦਾਲਤ ਹੈਗੀ ਹੈ ਉਹਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਸਿੱਖ ਜਿਹੜੇ ਕਾਰਕੁਨ ਹੈਗੇ ਆ ਉਹਨਾਂ ਦੇ ਖਿਲਾਫ਼ ਕਿ ਇਹਨਾਂ ਨੇ ਦੇਸ਼ ਧਰੋਹ ਦੀਆਂ ਧਾਰਾਵਾਂ ਉਹਨਾਂ ਦੇ ਉੱਪਰ ਲਾਈਆਂ ਗਈਆਂ ਸੀ ਅਤੇ ਨਾਲ ਹੀ ਦੇਸ਼ ਦੇ ਖਿਲਾਫ਼, ਭਾਰਤ ਦੇ ਖਿਲਾਫ਼ ਜੰਗ ਵਿੱਢਣ ਦੀ ਜਿਹੜੀ ਗੱਲ ਸੀ ਉਹ ਕਹੀ ਗਈ ਸੀ। ਇਹਨਾਂ ਦੋਸ਼ਾਂ ਨੂੰ ਦਿੱਲੀ ਦੀ ਸੈਸ਼ਨ ਜੱਜ ਨੇ ਅੱਜ ਨਕਾਰਦਿਆਂ ਇਸ ਮਾਮਲੇ ਦੇ ਵਿੱਚ ਦਲ ਖਾਲਸਾ ਦੇ ਜਿਹੜੇ ਆਗੂ ਸਾਹਿਬਾਨ ਹੈਗੇ ਆ ਉਹਨਾਂ ਦੇ ਵਿੱਚ ਸਤਨਾਮ ਸਿੰਘ ਪੌਂਟਾ ਸਾਹਿਬ ਅਤੇ ਸਰਦਾਰ ਤਜਿੰਦਰਪਾਲ ਸਿੰਘ ਦੇ ਨਾਮ ਸ਼ਾਮਲ ਨੇ। ਇਹਨਾਂ ਦੋਵਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈਗਾ। ਜੇ ਅਸੀਂ ਇਸ ਕੇਸ ਦੀ ਬੈਕਗਰਾਊਂਡ ਦੇ ਵਿੱਚ ਦੇਖਣਾ ਹੋਵੇ ਤਾਂ 1981 ਸਤੰਬਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿਰੋਧ ਦੇ ਵਿੱਚ ਜਿਹੜੇ ਦਲ ਖਾਲਸਾ ਦੇ ਆਗੂ ਸੀ ਉਸ ਸਮੇਂ ਦੇ ਉਹਨਾਂ ਵੱਲੋਂ ਇਹ ਜਹਾਜ਼ ਇੰਡੀਅਨ ਏਅਰਲਾਈਨਸ ਦਾ ਜਿਹੜਾ ਸੀ ਉਹ ਅਗਵਾ ਕੀਤਾ ਗਿਆ ਸੀ ਅਤੇ ਉਹਨੂੰ ਲਾਹੌਰ ਦੇ ਵਿੱਚ ਉਤਾਰਿਆ ਗਿਆ ਸੀ, ਜਿੱਥੇ ਇਹਨਾਂ ਆਗੂਆਂ ਨੂੰ, ਇਹਨਾਂ ਕਾਰਕੁਨਾਂ ਨੂੰ ਜਿਹੜੀ ਸਜ਼ਾ ਹੈਗੀ ਹੈ ਉਹ ਦਿੱਤੀ ਗਈ ਸੀ ਉਮਰ ਕੈਦ ਦੀ। ਉਹਦੇ ਤੋਂ ਬਾਅਦ ਜਦੋਂ ਇਹ ਵਾਪਸ ਦੋਵੇਂ ਸਤਨਾਮ ਸਿੰਘ ਪੌਂਟਾ ਸਾਹਿਬ ਅਤੇ ਤਜਿੰਦਰਪਾਲ ਸਿੰਘ ਇੱਥੇ ਭਾਰਤ ਇਹਨਾਂ ਨੂੰ ਲਿਆਂਦਾ ਗਿਆ, ਇਹਨਾਂ 'ਤੇ ਕੇਸ ਜਿਹੜਾ ਹੈਗਾ ਦੇਸ਼ ਧਰੋਹ ਦਾ ਉਹ 2011 ਦੇ ਵਿੱਚ ਦਰਜ ਕੀਤਾ ਗਿਆ। ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਫੈਸਲਾ ਹੈਗਾ ਇਹ ਆਇਆ ਅਤੇ ਸਰਦਾਰ ਤਜਿੰਦਰਪਾਲ ਸਿੰਘ ਅਤੇ ਸਤਨਾਮ ਸਿੰਘ ਪੌਂਟਾ ਸਾਹਿਬ ਨੂੰ ਜਿਹੜਾ ਹੈਗਾ ਬਾਇੱਜ਼ਤ ਅਦਾਲਤ ਵੱਲੋਂ ਬਰੀ ਕੀਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਅਤੇ ਓਵਰਆਲ ਜਦੋਂ ਅਸੀਂ ਇਹਨਾਂ ਮਾਮਲਿਆਂ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਸਿੱਖਾਂ ਦੇ ਖਿਲਾਫ਼ ਦੇਸ਼ ਧਰੋਹ ਦੇ ਚਾਰਜਿਸ ਲਾਏ ਜਾਂਦੇ ਨੇ, ਅੱਤਵਾਦ ਦੇ ਨਾਲ ਜੋੜਿਆ ਜਾਂਦਾ ਅਤੇ ਭਾਰਤ ਦੇ ਖਿਲਾਫ਼ ਜੰਗ ਵਿੱਢਣ ਦੀ ਗੱਲ ਕਹੀ ਜਾਂਦੀ ਹੈ, ਇਹ ਮਾਮਲੇ ਕਿਵੇਂ ਦੇ ਹੁੰਦੇ ਨੇ, ਇਸ ਸਾਰੀ ਗੱਲਬਾਤ ਨੂੰ ਸਮਝਣ ਦੇ ਲਈ ਅੱਜ ਅਸੀਂ ਸਤਨਾਮ ਸਿੰਘ ਪੌਂਟਾ ਸਾਹਿਬ ਜਿਹੜੇ ਕਿ ਦਲ ਖਾਲਸਾ ਦੇ ਉੱਘੇ ਆਗੂ ਵੀ ਨੇ, ਫਾਊਂਡਿੰਗ ਮੈਂਬਰਸ ਦੇ ਵਿੱਚੋਂ ਨੇ ਅਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਉਹ ਬਰੀ ਵੀ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਸਤਨਾਮ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗਾ ਕਿ ਤੁਸੀਂ ਇਸ ਕੇਸ ਦੇ ਵਿੱਚੋਂ ਬਰੀ ਹੋਏ ਹੋ, ਤੁਹਾਡੇ ਨਾਲ ਤੁਹਾਡੇ ਸਾਥੀ ਸਿੰਘ ਵੀ ਜਿਹੜੇ ਹੈਗੇ ਆ ਉਹ ਮੌਜੂਦ ਨੇ, ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਜਿੱਥੇ ਦੇਸ਼ ਧਰੋਹ ਦੀ ਧਾਰਾ ਤੁਹਾਡੇ 'ਤੇ ਲਾਈ ਗਈ ਸੀ ਅਤੇ ਭਾਰਤ ਦੇ ਖਿਲਾਫ਼ ਜੰਗ ਵਿੱਢਣ ਦੇ ਜਿਹੜੇ ਦੋਸ਼ ਨੇ ਉਹ ਲਾਏ ਗਏ ਸੀ, ਉਹਦੇ ਵਿੱਚ ਅਦਾਲਤ ਨੇ ਤੁਹਾਨੂੰ ਬਰੀ ਕੀਤਾ? ਮੈਂ ਥੋੜ੍ਹੀ ਜਿਹੀ ਪਹਿਲੇ ਤਾਂ ਮੈਂ ਸਮੁੱਚੇ ਦੁਨੀਆ ਭਰ ਦੇ ਖਾਲਸਾ ਪੰਥ ਨੂੰ, ਸਿੱਖ ਸੰਤਾਂ ਨੂੰ ਜਿਹੜੀ ਹੈ ਅੱਗੇ ਜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੱਲ ਬੜੀ ਸਪਸ਼ਟ ਹੈ, ਥੋੜ੍ਹੀ ਜਿਹੀ ਮੈਂ ਬੈਕਗਰਾਉਂਡ ਜਾਣ ਚਾਹਾਂਗਾ ਸੰਕੇਤ ਦੇ ਵਿੱਚ। ਜੀ ਜ਼ਰੂਰ। ਅਸੀਂ ਅੱਜ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿਸ ਵੇਲੇ ਡਾਕੂਮੈਂਟਾਂ ਤੋਂ ਗ੍ਰਿਫਤਾਰ ਕੀਤਾ ਗਿਆ ਜੀ, ਤੇ ਸਾਨੂੰ ਬਿਲਕੁਲ ਖਦਸ਼ਾ ਸੀ ਤੇ
ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੂੰ ਕੌਨਫਰੰਸੀ ਦੇ ਸਾਜਿਸ਼ ਦੇ ਤਹਿਤ ਜਿਹੜਾ ਇਹਨਾਂ ਦੇ ਉੱਤੇ ਕਤਲ ਦਾ ਮੁਕੱਦਮਾ ਜਿਹੜਾ ਹੈ ਇਹਨਾਂ ਨੇ ਦਰਜ ਕੀਤਾ ਹੈ ਤੇ ਇਹਨਾਂ ਨੂੰ ਸਰਕਾਰ ਜਿਹੜੀ ਹੈ ਜਿਹੜੀ ਕਿ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਸਨ ਤੇ ਡਾਇਨਾਮਿਕ ਸੀਟ ਸੀ ਸਾਡੀ ਦ੍ਰਿੜ ਇਰਾਦੇ ਵਾਲੀ ਉਸ ਨੂੰ ਰਸਤੇ ਘਟਾ ਕੇ ਉਹਨਾਂ ਨੂੰ ਫਾਇਲ ਲਾਉਣਾ ਚਾਹੁੰਦੀ ਹੈ ਤੇ ਇਸ ਵਾਸਤੇ ਅਸੀਂ ਸੋਚਿਆ ਦਰਖਾਸਤ ਕਰ ਜਥੇਬੰਦੀ ਵੱਲੋਂ ਵੀ ਉਹਨਾਂ ਦੀ ਰਿਹਾਈ ਲਈ ਸਾਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਐਸਾ ਐਕਸ਼ਨ ਕਰਨਾ ਚਾਹੀਦਾ ਜਿਹਦੇ ਕਾਰਨ ਅਸੀਂ ਦੁਨੀਆਂ ਭਰ ਨੂੰ ਇਹ ਦੱਸ ਸਕੀਏ ਕਿ ਸਾਡੀ ਸਿੱਖ ਕੌਮ ਆ ਕਿਉਂਕਿ ਹਿੰਦੁਸਤਾਨ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਸੀ ਉਹ ਸਰਕਾਰੀ ਸੀ ਉਸ ਵੇਲੇ ਦੂਰਦਰਸ਼ਨ ਵਗੈਰਾ ਤੇ ਜਿਹੜੀ ਪ੍ਰਿੰਟ ਮੀਡੀਆ ਵੀ ਸੀ ਉਹ ਵੀ ਮਤਲਬ ਕਿ ਸਿੱਖ ਕੌਮ ਦੀ ਜਿਹੜੀ ਹੈ ਗੱਲ ਜਿਹੜੀ ਹੈ ਜੋ ਉਹਦੇ ਦਿਨ ਸਾਹਿਬ ਜੀ ਤੇ ਜ਼ੁਲਮ ਆਉਂਦੇ ਸਨ ਉਹਨਾਂ ਨੂੰ ਬਿਲਕੁਲ ਵੀ ਮਤਲਬ ਕਿ ਨਾ ਨਜ਼ਰ ਅੰਦਾਜ਼ ਕਰਦੀ ਸੀ ਇਸ ਵਾਸਤੇ ਕਿਹਾ ਵੀ ਅੰਤਰਰਾਸ਼ਟਰੀ ਪੱਧਰ ਦੇ ਐਕਸ਼ਨ ਹੋ ਗਏ ਅਸੀਂ ਫਿਰ 29 ਦਸੰਬਰ 1988 ਨੂੰ ਜਹਾਜ਼ ਗੋਆ ਕਰਕੇ ਲਾਹੌਰ ਲੈ ਗਏ ਸੀ ਜਿੱਥੇ ਕਿ ਅਸੀਂ ਮੰਗ ਕੀਤੀ ਸੀ ਸਾਡੇ ਜਰਨੈਲ ਸਿੰਘ ਢਿੰਡਰਾਂ ਵਾਲੇ ਜਿਹੜੇ ਨੇ ਉਹ ਨਿਰਦੋਸ਼ ਨੇ ਉਹਨਾਂ ਨੂੰ ਫਾਹੇ ਲਾਉਣਾ ਚਾਹੁੰਦੀ ਸਰਕਾਰ ਤੇ ਅਸੀਂ ਉਹਨਾਂ ਦੀ ਰਿਹਾਈ ਲਈ ਮੰਨ ਕੇ ਇਹ ਪ੍ਰੋਟੈਸਟ ਕੀਤਾ ਤੇ ਨਾਲੇ ਹੀ ਜਿਸ ਵੇਲੇ ਉਹਨਾਂ ਦੀ ਗ੍ਰਿਫਤਾਰੀ ਹੋਈ ਉਸ ਵੇਲੇ 17-18 ਦੇ ਕਰੀਬ ਸਿੱਖ ਜਿਹੜੇ ਨੇ ਪੁਲਿਸ ਨੇ ਗੋਲੀਆਂ ਨਾਲ ਭੁੰਨ ਦਿੱਤੇ ਸਨ ਤੇ ਅਸੀਂ ਇਹ ਵੀ ਅੰਤਰਰਾਸ਼ਟਰੀ ਪੱਧਰ ਤੇ ਲਿਆਉਣਾ ਚਾਹੁੰਦੇ ਸੀ ਕਿ ਸਿੱਖ ਕੌਮ ਦੀ ਹੋਂਦ ਧਰਮ ਸੱਭਿਆਚਾਰ ਭਾਸ਼ਾ ਜਿਹੜਾ ਸਭ ਕੁਛ ਖਤਰੇ ਚ ਹੈ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਨਮਾਨ ਵੀ ਖਤਰੇ ਚ ਹੈ ਅਸੀਂ ਮਤਲਬ ਕਿ ਹਿੰਦੁਸਤਾਨ ਤੋਂ ਵੱਖ ਖਾਲਿਸਤਾਨ ਦੀ ਜਿਹੜੀ ਮੰਗ ਜਿਹੜੀ ਹੈ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਉਸ ਵੇਲੇ ਕੀਤੀ ਸੀ ਵੀ ਅਸੀਂ ਆਜ਼ਾਦੀ ਚਾਹੁੰਦੇ ਹਾਂ ਇਹ ਸਾਡਾ ਮਸਲਾ ਸੀ ਤੇ ਉਸ ਤੋਂ ਬਾਅਦ ਸਾਨੂੰ ਉੱਥੇ ਕਮਾਂਡੋ ਐਕਸ਼ਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸਾਡੇ ਤੇ ਮੁਕੱਦਮਾ ਚਲਾਇਆ ਗਿਆ ਸਾਨੂੰ ਉਮਰ ਕੈਦ ਦੀ ਸਜ਼ਾ ਹੋਈ ਉਸ ਤੋਂ ਰਿਹਾ ਹੋਣ ਤੋਂ ਬਾਅਦ ਮੈਂ ਜਿਹੜਾ ਹੈ ਅਮਰੀਕਾ ਚਲਾ ਗਿਆ ਪੋਲੀਟੀਕਲ ਅਸਾਇਲਮ ਲੈਣ ਦੇ ਲਈ ਉੱਥੇ ਸਾਨੂੰ ਪੋਲੀਟੀਕਲ ਅਸਾਇਲਮ ਨਹੀਂ ਦਿੱਤੀ ਗਈ 4 ਸਾਲ ਫਿਰ ਜੇਲ੍ਹ 'ਚ ਰੱਖਿਆ ਗਿਆ ਰਜਿੰਦਰਪਾਲ ਸਿੰਘ ਕੈਨੇਡਾ ਚਲਾ ਗਿਆ ਉਸ ਨੂੰ ਜਿਹੜੀ ਹੈ ਡਿਪੋਰਟ ਕੀਤਾ ਗਿਆ 1997 ਦੇ ਵਿੱਚ ਆਪਣਾ ਫਿਰ ਕੀ ਹੋਇਆ ਵੀ ਮੈਂ ਵੀ ਫਿਰ ਡਿਪੋਰਟ ਹੋ ਕੇ ਆਇਆ ਤੇ ਮੈਂ ਫਿਰ ਜਿਹੜਾ ਕੋਰਟ ਰੈਸਟ ਦਿੱਤੀ ਦਿੱਲੀ ਦੇ ਵਿੱਚ ਤੇ ਦਿੱਲੀ ਦੀ ਜਿਹੜੀ ਜੱਜ ਹੈ ਉਸਨੇ ਅਗਰ ਕਹੀ ਹੈ ਵੀ ਮਤਲਬ ਕਿ ਹਿੰਦੁਸਤਾਨ ਸਰਕਾਰ ਨੂੰ ਸਤਨਾਮ ਸਿੰਘ ਦੇ ਖਿਲਾਫ਼ ਹੋਰ ਕੋਈ ਜਿਹੜਾ ਹੈ ਕੇਸ ਹੈ ਦੱਸੋ ਉਹਨਾਂ ਕਿਹਾ ਜੱਜਾਂ ਦੇ ਖਿਲਾਫ਼ ਕੋਈ ਹੋਰ ਕੇਸ ਨਹੀਂ ਤੇ ਜੱਜ ਨੇ ਕਿਹਾ ਵੀ ਤੁਸੀਂ ਜਿਹੜੀ ਹੈ ਸਜ਼ਾ ਕਰ ਚੁੱਕੀ ਹੈ ਜੀ ਜਜਮੈਂਟ ਦੀ ਕਾਪੀ ਜਿਹੜੀ ਲਾਹੌਰ ਦੀ ਸੀ ਉਹ ਸਾਨੂੰ ਸਾਬਿਤ ਕਰ ਦਿਓ ਅਸੀਂ ਉਹ ਜਜਮੈਂਟ ਦੀ ਕਾਪੀ ਸਾਬਿਤ ਕਰ ਦਿੱਤੀ ਤੇ ਸਾਡਾ ਜਿਹੜਾ ਹੈ ਮੇਰਾ ਦੁਖੇ ਮੈਂ ਮੈਨੂੰ ਉਹਨਾਂ ਨੇ ਡਿਸਚਾਰਜ ਕਰ ਦਿੱਤਾ ਗਿਆ ਇਹ 2011 ਫਰਵਰੀ 2000 ਜਗਿੰਦਰਪਾਲ ਸਿੰਘ ਨੇ 2000 ਦੇ ਵਿੱਚ ਜੁਲਾਈ ਦੇ ਵਿੱਚ ਇਹ ਟ੍ਰਿਬਿਊਨਲ ਸਿਰ ਕੋਰਟ ਵਿੱਚ ਕੀਤੀ ਇਹਨਾਂ ਕਿਹਾ ਵੀ ਸਤਨਾਮ ਸਿੰਘ ਨੂੰ ਡਿਸਚਾਰਜ ਕੀਤਾ ਗਿਆ ਮੈਨੂੰ ਵੀ ਡਿਸਚਾਰਜ ਕਰ ਦਿਓ ਤੇ 7 ਸਾਲ ਜਿਹੜਾ ਹੈ ਸਰਕਾਰ ਦੇ ਪੱਖ ਦੇ ਵਕੀਲ ਜਿਹੜੇ ਨੇ ਇਹਨੂੰ ਲਮਕਾਉਂਦੇ ਗਏ ਫਿਰ 2007 ਦੇ ਵਿੱਚ ਇੱਕ ਜੱਜ ਨੇ ਇਹਨੂੰ ਬਣਾ ਕੇ ਜਿਹੜੇ ਸਰਕਾਰੀ ਪੱਖ ਦੇ ਵਕੀਲ ਨੂੰ ਕਿਹਾ ਸਤਨਾਮ ਕਿਹਾ ਇਨਕੇ ਖਿਲਾਫ਼ ਦੇਸ਼ ਰੋਗ ਦਾ ਮੁਕੱਦਮਾ ਨਹੀਂ ਚਲਾ ਜਾ ਸਕਦਾ ਜਾਂ ਇਨਕੇ ਖਿਲਾਫ਼ ਸਡੀਸ਼ਨ ਨਹੀਂ ਲਗਾਈ ਜਾ ਸਕਦੀ ਉਹ ਕਹਿੰਦੇ ਆ ਵੀ ਇਹਨਾਂ ਨੇ ਹਾਈਜੀ ਸਿੰਘ ਕੀਤੀ ਹੈ ਲੇਕਿਨ ਮਨ ਕੇ ਸਜ਼ਾ ਕਾਟ ਲਈ ਹੈ ਕਹਿੰਦੇ ਢੂੰਡੋ ਆ ਇਨਕੇ ਖਿਲਾਫ਼ ਮੁਕੱਦਮਾ ਮਤਲਬ ਕੇ ਦਰਜ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ ਜੀ ਕਹਿੰਦੇ ਅੱਛਾ ਠੀਕ ਹੈ ਵੀ ਉਹਨਾਂ ਨੇ ਉਹਨਾਂ ਨੇ ਜਜਮੈਂਟ ਦੀ ਕਾਪੀ ਕੱਢ ਕੇ ਸਿਰਫ ਇਹ ਗੱਲ ਲੱਭੀ ਵੀ ਤੁਸੀਂ ਹਾਈਜੈਕਿੰਗ ਦੇ ਦੌਰਾਨ ਇਹਨਾਂ ਨੇ ਸੱਤ ਜਰਨੈਲ ਸਿੰਘ ਢਿੰਡਰਾਂ ਵਾਲਾ ਜਿੰਦਾਬਾਦ
ਖਾਲਿਸਤਾਨ ਜਿੰਦਾਬਾਦ ਤੇ ਚੌਕ ਮਹਿਤਾ ਕੇ ਸਿੰਘ ਜਿੰਦਾਬਾਦ ਸੰਜ ਲੈ ਕੇ ਬਿੰਡਾਂ ਦੇ ਹੱਥ ਰੱਖ ਲਏਗੇ ਖਾਲਿਸਤਾਨ ਬਣਾ ਕੇ ਦੇਣਗੇ ਜੀ। ਤੇ ਬਾਅਦ ਦੇ ਵਿੱਚ ਅਸੀਂ ਮਤਲਬ ਕੁਐਸ ਲਈ ਹਾਈਕੋਰਟ ਵਿੱਚ ਪਟੀਸ਼ਨ ਕੀਤੀ 2012 ਦੇ ਵਿੱਚ ਸਾਡੇ ਗੈਰ ਜਮਾਤੀ ਵਾਰੰਟ ਜਾਰੀ ਹੋਏ ਸੀਗੇ। 5 ਸਾਲ ਮੁਕੱਦਮਾ ਚੱਲਦਾ ਰਿਹਾ। 2013 ਦੇ ਵਿੱਚ ਹਾਈਕੋਰਟ ਦੇ ਜੱਜ ਨੇ ਜਿਹੜਾ ਹੈ ਇਹ ਗੱਲ ਕਹੀ ਵੀ ਮੈਂ ਕੁਐਸ ਨਹੀਂ ਕਰ ਸਕਦਾ, ਤੁਸੀਂ ਲੋਅਰ ਕੋਰਟ ਵਿੱਚ ਆਓ। ਫਿਰ ਇਹ ਨਈ ਦੀ ਗੱਲ ਹੈ 2018 ਦੀ। ਫਿਰ ਅਸੀਂ ਅਪੀਲ ਹੋਏ 18 ਜੁਲਾਈ ਨੂੰ, ਮਿਲ ਕੇ ਆਪਣਾ 2018 ਨੂੰ, ਉੱਥੇ ਅਸੀਂ ਜ਼ਮਾਨਤਾਂ ਕਰਾਈਆਂ 2-2 ਲੱਖ ਦੀਆਂ ਦੋਵਾਂ ਭਰਾਵਾਂ ਨੇ ਜੀ। ਇਹ 1 ਸਾਲ ਫਿਰ ਕੇਸ ਚੱਲਦਾ ਰਿਹਾ। ਇਹ ਦੋ ਮਾਰਚ 2018 ਨੂੰ ਸਾਡੇ ਸਡੀਸ਼ਨ ਜਿਹੜੀ ਸੀ, ਸਾਡੇ ਵਕੀਲ ਨੇ ਆਰਗੂਮੈਂਟ ਦਿੱਤੇ ਵੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਵੀ ਖਾਲਿਸਤਾਨ ਦਾ ਦਾਅਵਾ ਮਾਰਨਾ ਗੈਰ ਕਾਨੂੰਨੀ ਨਹੀਂ। ਇਹ ਜਿਹੜਾ ਹੈ ਫਿਰ ਸਾਡੇ ਤੇ ਇਹ ਜਿਹੜੀ ਹੈ ਧਾਰਾ ਜਿਹੜੀ ਹੈ ਡਰੋਪ ਕਰ ਦਿੱਤੀ ਗਈ। ਫਿਰ ਉਸ ਤੋਂ ਬਾਅਦ 1 ਮਹੀਨੇ 1.5 ਮਹੀਨੇ ਬਾਅਦ ਸਾਡੇ ਤੇ ਉੱਤੇ ਦੇਸ਼ ਧਰੋਹ ਦਾ ਜਿਹੜਾ ਹੈ 121, 121A, 120B ਦੇ ਤਹਿਤ ਜਿਹੜਾ ਹੈ ਚਾਰਜਸ਼ੀਟ ਜਿਹੜੀ ਹੈ ਉਹ ਬਲਕਿ ਫਾਈਲ ਕਰਦੀ, ਕਲੇਮ ਕਰ ਦਿੱਤੀ ਗਈ ਵੀ ਤੁਸੀਂ ਰੇਜਿੰਗ ਵਾਰ ਆਫ ਅਗੇਂਸਟ ਇੰਡੀਆ ਜੀ। ਤੇ ਫਿਰ ਬਾਅਦ ਵਿੱਚ ਜਿਹੜਾ ਹੈ ਸਾਡੇ ਵਕੀਲਾਂ ਨੇ ਆਰਗੂਮੈਂਟ ਦਿੱਤਾ ਇਹਨਾਂ ਦੇ ਖਿਲਾਫ਼, ਰੇਜਿੰਗ ਵਾਰ ਆਫ ਇੰਡੀਆ ਨਹੀਂ ਬਣਦੀ, ਦੇਸ਼ ਧਰੋਹ ਦਾ ਮੁਕੱਦਮਾ ਨਹੀਂ ਬਣਦਾ। ਤੇ ਅਸੀਂ ਫਿਰ ਇੱਕ ਅਪੀਲ ਜਿਹੜੀ ਹਾਈਕੋਰਟ ਵਿੱਚ ਲਾਈ ਸੀ ਉਹ ਪੈਂਡਿੰਗ ਸੀ। ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਵਕੀਲਾਂ ਜਿਹੜੇ ਹਿੰਦੁਸਤਾਨ ਦੇ ਕਈ ਹਾਈਕੋਰਟ ਨੇ ਤੇ ਸੁਪਰੀਮ ਕੋਰਟ ਦੀਆਂ ਕਈ ਰੂਲਿੰਗ ਸਨ ਰੇਜਿੰਗ ਵਾਰ ਆਫ ਅਗੇਂਸਟ ਇੰਡੀਆ ਦੇ ਤੇ ਦੇਸ਼ ਧਰੋਹ ਦੇ ਖਿਲਾਫ਼ ਮੁਕੱਦਮਾ ਚਲਾ ਗਿਆ ਵੀ ਤੁਸੀਂ ਹਿੰਦੁਸਤਾਨ ਦੇ ਖਿਲਾਫ਼ ਲੜਾਈ ਮਤਲਬ ਕੇ ਸ਼ੁਰੂ ਕੀਤੀ ਆ ਜੀ। ਗੱਲ ਬੜੀ ਸਪੱਸ਼ਟ ਹੈ, ਅਸੀਂ ਸਿੱਖ ਸੀਗੇ, ਸਿੱਖ ਹੋਣ ਦੇ ਨਾਤੇ ਸਾਡੇ ਤੇ ਇਹ ਜਿਹੜੀ ਹੈ ਧਾਰਾਵਾਂ ਲਾਈਆਂ ਗਈਆਂ। ਤੇ ਜਿਹੜੇ ਹਾਈ ਹੋਏ ਸਾਡੇ ਕਾਰ ਐਸੋਸੀਏਸ਼ਨ ਕਰਕੇ 2008 ਵਿੱਚ ਸਪਲੀਮੈਂਟਰੀ ਜਿਹੜੀ ਹੈ ਚਾਰਜਸ਼ੀਟ ਲਾਈ ਗਈ। 2012 ਦੇ ਵਿੱਚ ਸਾਡੇ ਤੇ ਮਤਲਬ ਕੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ। ਅਸੀਂ ਮਤਲਬ 6 ਸਾਲ ਹੁਣ ਮੁਕੱਦਮਾ ਚਲਾਇਆ। ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕਹਿੰਦੇ ਹਾਂ ਵੀ 34 ਸਾਲ ਹੋ ਗਏ ਦਿੱਲੀ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜੀ, ਤੇ ਬਹੁਤ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ। 37 ਸਾਲ ਹੋ ਗਏ ਨੇ। ਉਸ ਤੋਂ ਬਾਅਦ ਨਵੇਂ ਸਿਰੋਂ ਸਾਡੇ ਤੇ ਮੁਕੱਦਮਾ ਚਲਾਇਆ ਗਿਆ ਸੀ, ਉਮਰ ਕੈਦ ਉੱਥੇ ਕੱਟ ਲਈ ਸੀ। ਤੇ ਫਿਰ ਉਸਦੇ ਬਾਵਜੂਦ ਵੀ ਇਹ ਚੀਜ਼ਾਂ ਜਿਹੜੀਆਂ ਬੇਇਨਸਾਫ਼ੀ ਕੀਤੀ, ਸਰਕਾਰ ਨੇ ਕੇਸ ਪਾਇਆ, ਸਾਨੂੰ ਉਮੀਦ ਸੀ ਕਿ ਅਸੀਂ ਬੇਕਸੂਰ ਹਾਂ, ਸਾਡੇ ਨਾਲ ਨਜਾਇਜ਼ ਕੀਤਾ ਗਿਆ। ਤੇ ਤਜਿੰਦਰਪਾਲ ਨੇ ਸਿਰਫ ਐਪਲੀਕੇਸ਼ਨ ਦਿੱਤੀ ਸੀ, ਸਤਨਾਮ ਸਿੰਘ ਨੂੰ ਡਿਸਚਾਰਜ ਕੀਤਾ ਗਿਆ, ਮੈਨੂੰ ਡਿਸਚਾਰਜ ਕੀਤਾ ਗਿਆ ਜੀ। ਅਦਾਲਤ ਨੂੰ ਤਜਿੰਦਰਪਾਲ ਜੀ ਨੇ ਡਿਸਚਾਰਜ ਕੀਤਾ ਜਾਂਦਾ। ਇਹ ਸਾਡੇ ਨਾਲ ਬੇਇਨਸਾਫ਼ੀ ਹੋਈ ਸੀ। ਤੇ ਹੁਣ ਜਿਹੜਾ ਹੈ ਕੱਲ ਜਿਹੜਾ ਹੈ, ਮੈਂ ਕੱਲ ਕਹੀ ਸੀ ਕੱਲ ਮੀਟਿੰਗ ਦੇ ਵਿੱਚ ਵੀ, ਦੁਨੀਆਂ ਭਰ ਦਾ ਸਿੱਖ ਜਿਹੜਾ ਹੈ ਉਹਨਾਂ ਨੇ ਅਰਦਾਸਾਂ ਵੀ ਕੀਤੀਆਂ ਨੇ, ਉਹ ਵੇਖ ਵੀ ਰਿਹਾ ਕੀ ਮਤਲਬ ਕਿ ਪਿਛਲੇ ਸਮੇਂ ਦੇ ਵਿੱਚ ਜੁਡੀਸ਼ਰੀ ਨੇ ਜੋ ਦਿੱਲੀ ਦੇ ਸਿੱਖਾਂ ਦਾ ਵਿਸ਼ਵਾਸ ਬਹੁਤ ਹੀ ਖਤਮ ਹੁੰਦਾ ਜਾ ਰਿਹਾ ਸੀ ਕਈ ਕੇਸਾਂ ਦੇ ਵਿੱਚ, ਜਿਵੇਂ ਕਿ ਮਤਲਬ ਕਿ ਬਲਬੀਰ ਸਿੰਘ ਦਾ ਕੇਸ ਸੀਗਾ, ਨਿਕੇਸ਼ ਸਿੰਘ ਦਾ ਕੇਸ ਸੀ, ਉਸ ਨੂੰ ਕੌਂਸਪਰੇਸੀ ਦੇ ਵਿੱਚ ਫਾਂਸੀ ਤੇ ਲਾ ਦਿੱਤਾ ਗਿਆ। ਦਿਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਸੀ, ਕੋਈ ਵਿਛੜਾ ਜਵਾਨ ਦੇ ਕੇਸ ਨਹੀਂ ਆਈ, ਇੱਕ ਜੱਜ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ। ਤੇ ਹੁਣ ਵੀ ਜਿਹੜੀ ਹੈ ਕਈ ਕੇਸਾਂ ਦੇ ਵਿੱਚ ਸਿੱਖਾਂ ਨਾਲ ਬੇਇਨਸਾਫ਼ੀ ਹੋਈ, ਅਦਾਲਤਾਂ ਨੇ ਜਿਹੜਾ ਹੈ
ਕੀਤਾ। ਜਦ ਦਿੱਲੀ ਦੇ ਵਿੱਚ ਕਲਿਆਮ ਹੋਇਆ, ਹਾਈ ਕੋਰਟ, ਸੁਪਰੀਮ ਕੋਰਟ, ਹੋਰ ਕੋਰਟਾਂ ਜਿਹੜੀਆਂ ਸਨ, ਉਹਨਾਂ ਨੇ ਸੋਕਾ ਨੌਜੀ ਸਰਕਾਰ ਨੂੰ ਨਹੀਂ ਦਿੱਤਾ। ਉਹਨਾਂ ਦੇ ਅੱਖਾਂ ਦੇ ਸਾਹਮਣੇ ਸਿੱਖਾਂ ਦਾ ਕਤਲੇਆਮ ਹੋਇਆ। ਮਤਲਬ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਸ਼ੱਕ ਸੀ, ਸਾਨੂੰ ਕੀ ਸਾਨੂੰ ਇਹ ਇਨਸਾਫ਼ ਮਿਲੇਗਾ ਹਿੰਦੁਸਤਾਨ ਦੇ ਵਿੱਚ ਜੀ। ਪਰ ਹੁਣ ਜਿਹੜਾ ਕੱਲ੍ਹ ਸਾਨੂੰ ਮਤਲਬ ਕਿ ਦੇ ਧੋ ਦੇ ਵਿੱਚ ਕੇਸ ਦੇ ਵਿੱਚ ਸਾਨੂੰ ਇਨਸਾਫ਼ ਮਿਲਿਆ ਹੈ, ਕਿਉਂਕਿ ਅਸੀਂ ਬਿਲਕੁਲ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਤੇ ਨਜਾਇਜ਼ ਕੇਸ ਪਾਇਆ ਸੀ। 37 ਸਾਲ ਹੋ ਗਏ ਨੇ ਉਮਰ ਕੈਦ ਉੱਤੇ ਅਸੀਂ ਕੱਟ ਲਈ ਸੀ। ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਕਿ ਪੂਰਾ ਫਿਰ ਵੀ ਅਸੀਂ ਇੱਕ ਮਹਿਲ ਕਹਾਂਗਾ ਤੁਹਾਡੇ ਚੈਨਲ ਰਾਹੀਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਲੀਗਲ ਜਿਹੜੀ ਹੈ ਮਦਦ ਕੀਤੀ ਹੈ। ਉਹਨਾਂ ਨੇ ਲੱਖਾਂ ਰੁਪਏ ਲਾਏ ਨੇ ਸਾਡੇ ਤੇ, ਇਸ ਵਾਸਤੇ ਉਹਨਾਂ ਦਾ ਅਸੀਂ ਥੈਂਕਸ ਵੀ ਕਰਦੇ ਹਾਂ ਜੀ। ਸੋ ਸਤਨਾਮ ਸਿੰਘ ਜੀ, ਜਿਵੇਂ ਅਸੀਂ ਦੇਖਦੇ ਹਾਂ, ਤੁਸੀਂ ਵੀ ਮੈਂਸ਼ਨ ਕੀਤਾ ਕਿ ਜਿਹੜੇ ਕੇਸ ਹੈਗਾ ਇਹ ਉਲੰਘਣਾ ਜ਼ਰੂਰ ਹੋਈ ਹੈ, ਤੁਹਾਡੇ ਜਿਹੜੇ ਰਾਈਟਸ ਨੇ ਤੁਸੀਂ ਇਹ ਮੰਨਦੇ ਹੋ, ਅਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਹੁਣ ਜਿਹੜਾ ਇਹ ਫੈਸਲਾ ਆਇਆ, ਭਾਵੇਂ ਵਧੀਕੀ ਕਰਕੇ ਜਿਹੜਾ ਕੇਸ ਸੀ ਪਾਇਆ ਗਿਆ ਸੀ, ਪਹਿਲਾਂ ਹੀ ਨਹੀਂ ਸੀ ਪਾਉਣਾ ਬਣਦਾ, ਸੋ ਹੁਣ ਤੁਹਾਡੀ ਜਿਹੜੀ ਲਾਅ ਦੀ ਹੈਗੀ ਹੈ, ਜਦੋਂ ਅਸੀਂ ਕਾਨੂੰਨ ਦੀ ਗੱਲ ਕਰਦੇ ਹਾਂ ਜਾਂ ਜੁਡੀਸ਼ਰੀ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਜਿਹੜਾ ਸਿੱਖਾਂ ਵੱਲੋਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਇੱਕ ਬਾਇਸਡ ਹੁੰਦਾ, ਇੱਕ ਵਿਤਕਰਾ ਹੁੰਦਾ ਸਿੱਖਾਂ ਦੇ ਖਿਲਾਫ਼ ਜੁਡੀਸ਼ਰੀ ਦੇ ਵਿੱਚ ਜਾਂ ਓਵਰਆਲ ਸਿਸਟਮ ਦੇ ਵਿੱਚ, ਸੋ ਤੁਹਾਡੀ ਸੰਤੁਸ਼ਟੀ ਹੈਗੀ ਹੈ ਇਸ ਮਾਮਲੇ ਦੇ ਵਿੱਚ? ਬੇਸਵਾਦੀ ਕੀਤੀ ਹੈ, ਜੁਡੀਸ਼ਰੀ ਨੇ ਮਤਲਬ ਕਿ ਸਿੱਖ ਕੌਮ ਨਾਲ ਮਤਲਬ ਕਿ ਕੋਈ ਬਹੁਤਾ ਇਨਸਾਫ਼ ਨਹੀਂ ਕੀਤਾ। ਤੇ ਇਹ ਜਿਹੜਾ ਹੈ ਮਤਲਬ ਕਿ ਆਉਣ ਵਾਲੇ ਵਕਤ ਚ ਅਗਰ ਜੁਡੀਸ਼ਰੀ ਜਿਹੜੀ ਹੈ, ਜੋ ਜੁਡੀਸ਼ਰੀ ਦਾ ਫਰਜ਼ ਬਣਦਾ, ਜੋ ਨਿਰਪੱਖ ਸੋਚ, ਅਗਰ ਉਹਦੇ ਤੇ ਸਿਆਸਤ ਦਲਾਂ ਦਾ ਕਬਜ਼ਾ ਨਾ ਹੋਵੇ, ਸਿਆਸੀ ਪ੍ਰਭਾਵ ਨਾ ਹੋਵੇ, ਉਹ ਸਿਆਸੀ ਦਖਲਦਾਰੀ ਦੇ ਨਾਲ ਜਗ੍ਹਾ ਦੇ ਉੱਤੇ ਪ੍ਰਭਾਵ ਪਾ ਕੇ ਇਹ ਜਿਹੜੇ ਫੈਸਲੇ ਪਹਿਲੇ ਪਿਛਲੇ ਸਮੇਂ ਦੇ ਵਿੱਚ ਕਰਾਏ ਜਾਂਦੇ ਰਹੇ ਨੇ, ਜਾਂ ਫਿਰ ਜਿਹਨਾਂ ਮੁਲਜ਼ਮਾਂ ਦੇ ਸਿਆਸੀ ਦਬਾਅ ਪਾ ਕੇ ਉਹਨਾਂ ਨੂੰ ਕਚਹਿਰੇ ਵਿੱਚ ਖੜਾ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਸਜ਼ਾ ਨਹੀਂ ਦਿੱਤੀਆਂ ਜਾਂਦੀਆਂ, ਹਾਲੇ ਵੀ ਜਿਹੜਾ ਹੈ ਦਿੱਲੀ ਦੇ ਸਿੱਖਾਂ ਦਾ ਕਤਲੇਆਮ ਦੇ ਦੋਸ਼ੀ ਨੇ ਬਾਹਰ ਘੁੰਮ ਰਹੇ ਨੇ। ਅਸੀਂ ਮਤਲਬ ਕਿ ਕੁਦਰਤੀ ਗੱਲ ਆ ਵੀ ਕੱਲ ਅਦਾਲਤ ਵਿੱਚ ਗਏ ਸੀ, ਸੱਜਣ ਕੁਮਾਰ ਵੀ ਉਸ ਵੇਲੇ ਉਹ ਆਇਆ ਸੀ ਉੱਥੇ ਅਦਾਲਤ ਦੇ ਵਿੱਚ। ਇਹ ਚੀਜ਼ਾਂ ਜਿਹੜੀਆਂ ਨੇ ਹਾਲੇ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ ਜੁਡੀਸ਼ਰੀ ਨੂੰ ਹੋਰ ਜ਼ਿਆਦਾ। ਇਸ ਤਰ੍ਹਾਂ ਅਸੀਂ ਮਤਲਬ ਕਿ ਸਾਡੇ ਕੇਸ ਦੇ ਵਿੱਚ ਕਿਉਂ ਗਈ ਹੈ ਤਾਂ ਬਿਲਕੁਲ ਹੀ ਬੇਇਨਸਾਫੀ ਨਜਾਇਜ਼ ਸੀ, ਮਤਲਬ ਕਿ ਸਾਡੇ ਤੇ ਕੇਸ ਬਣਦਾ ਹੀ ਨਹੀਂ ਸੀ, ਕੇਸ ਹੀ ਗਲਤ ਪਾਇਆ ਗਿਆ ਸੀ। ਜਿਹੜੇ ਹੋਰ ਕੇਸ ਨੇ ਜਿਹਨਾਂ ਦੀ ਮਤਲਬ ਕਿ ਲੋੜ ਹੈ ਆਉਣ ਵਾਲੇ ਇਲਾਕੇ ਚ, ਸਾਨੂੰ ਮਤਲਬ ਕਿ ਅਸੀਂ ਜਿਹੜੀ ਹੈ ਆਸ ਤੁਹਾਡੀ ਚਾਹੀਦੀ ਹੈ, ਪਰ ਅਸੀਂ ਇਹ ਨੀ ਕਹਿੰਦੇ ਵੀ ਮਤਲਬ ਕਿ ਆਉਣ ਵਾਲੇ ਵਕਤ ਜੁਡੀਸ਼ਰੀ ਜਿਹੜੀ ਹੈ ਸਿੱਖਾਂ ਨੂੰ ਇਨਸਾਫ਼ ਦੇਵੇਗੀ। ਇਹ ਤਾਂ ਇਮਤਿਹਾਨ ਹੈ ਜੁਡੀਸ਼ਰੀ ਦਾ, ਸਰਕਾਰਾਂ ਦਾ ਇਮਤਿਹਾਨ ਹੈ ਆਉਣ ਵਾਲੇ ਵਕਤ ਜੋ ਕੀ ਕਰਦੇ ਨੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦੀ ਸਹਿਤੀ ਬਣ ਚੁੱਕੀ ਹੈ ਜੀ, ਉਹ ਮਤਲਬ ਕਿ ਬਹੁਤ ਹੀ ਮਤਲਬ ਕਿ ਸਿਆਸਤ ਤੋਂ ਮਤਲਬ ਕਿ ਪ੍ਰਭਾਵਿਤ ਹੁੰਦੀ ਹੈ ਜੀ। ਇਸ ਵਾਸਤੇ ਜਿਹੜਾ ਹੈ ਸਿੱਖ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ, ਤੇ ਮੈਂ ਤਾਂ ਇਹ ਗੱਲ ਕਹਾਂਗਾ ਜਦ ਤੱਕ ਸਾਡਾ ਆਪਣਾ ਘਰ ਨਹੀਂ ਬਣ ਜਾਂਦਾ, ਸਾਨੂੰ ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਤਦ ਤੱਕ ਸਾਡੀ ਹੋਂਦ, ਸਾਡਾ ਧਰਮ, ਸਾਡਾ ਗੁਰੂ ਗ੍ਰੰਥ, ਸਾਡਾ ਮਾਨ ਸਨਮਾਨ, ਸਿੱਖ ਕਲਚਰ, ਸਿੱਖ ਸਰੂਪ, ਸਿੱਖ ਆਈਡੈਂਟੀ ਤੇ ਅਣਖ ਤੇ ਗੈਰਤ ਜਿਹੜਾ ਹੈ ਉਹ ਕਾਇਮ ਨਹੀਂ ਹੋ ਸਕਦੀ। ਅਸੀਂ ਮਤਲਬ ਕਿ ਅਦਾਲਤਾਂ ਦੇ ਵਿੱਚ ਤੇ ਜਿਹੜਾ ਹੈ ਇੱਕ ਲੜਕੇ ਲੰਬਾ ਸਮਾਂ ਅਸੀਂ ਮਤਲਬ ਕਿ ਤਿੰਨ ਤਿੰਨ ਦਿਨਾਂ ਬਾਅਦ ਚੰਡੀਗੜ੍ਹ ਤੋਂ ਜਾਂਦੇ ਰਹੇ ਹਾਂ,
ਜੀ ਮਤਲਬ ਅਸੀਂ ਲੱਖਾਂ ਰੁਪਏ ਲਾਏ ਆ, ਮਤਲਬ ਕਿ ਸਾਡੇ ਨਾਲ ਜਿਹੜੀ ਹਰਾਸਮੈਂਟ ਹੋਈ ਆ ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮਤਲਬ ਕਿ ਸਤਨਾਮ ਸਿੰਘ ਪੋਟਾ ਸਾਹਿਬ ਦੇ ਹੁਣ ਮੇਰੀ ਨਾਲ ਦੇ ਸਾਥੀ ਦਾ ਮਤਲਬ ਕਿ ਨਹੀਂ ਮੁਸ਼ਕਲ ਸੀ, ਇਹ ਸਾਰੀ ਸੀ ਇੱਕ ਕੌਮ ਨੂੰ ਇੱਕ ਕਿਸਮ ਦਾ ਇਮਤਿਹਾਨ ਚ ਪਾਇਆ ਸੀ ਇਹਨਾਂ ਨੇ, ਸਰਕਾਰਾਂ ਨੇ ਤੇ ਦਲੀਪ ਜੀ ਨੇ ਜੀ। ਇਹਦਾ ਪਹਿਲੇ ਦਿਨ ਹੀ ਰਿਜੈਕਟ ਕਰ ਦੇਣਾ ਚਾਹੀਦਾ ਸੀਗਾ, ਹਾਈਕੋਰਟ ਨੇ ਰਿਕੁਐਸਟ ਕੀਤੀ ਸੀ ਵੀ ਨਹੀਂ ਮਤਲਬ ਕਿ ਬਣਦਾ ਨੀ ਸਾਡੇ ਦੇਸ਼ ਚ, ਪਹਿਲੇ ਤਾਂ ਬਣਾਉਣਾ ਨੀ ਚਾਹੀਦਾ ਸੀ। ਜੱਜ ਨੇ ਕਿਉਂ ਕਿਹਾ ਮਤਲਬ ਕਿ ਇਹਨਾਂ ਦੇ ਖਿਲਾਫ਼ ਮਤਲਬ ਕਿ ਦੇਸ਼ ਹੋ ਗਿਆ ਮੁਕਦਮਾ ਚਲਾ ਗਿਆ ਜੀ, ਸਡੀਸ਼ਨ ਚਲਾਈ ਜਾਂਦੀ ਨਹੀਂ ਲੱਗ ਸਕਦੀ ਇਹਨਾਂ ਦੇ ਖਿਲਾਫ਼, ਸਡੀਸ਼ਨ ਨਹੀਂ ਚੱਲ ਲੈ ਜਾ ਸਕਦੀ। ਡਾਇਰੈਕਟਰ ਐਪਲੀਕੇਸ਼ਨ ਸਰਪੰਚ ਜੀ ਦੇ ਪਾਲ ਨੇ ਦਿੱਤੀ ਹੈ, ਜਦ ਨੂੰ ਚਾਹੀਦਾ ਸੀ ਮਤਲਬ ਕਿ ਇਹਨਾਂ ਪਿੰਡ ਦੇ ਪਾਲ ਸਿੰਘ ਨੂੰ ਡਿਸਚਾਰਜ ਕੀਤਾ ਜਾਣਾ, ਸਾਡੇ ਨਾਲ ਬੇਇਨਸਾਫ਼ੀ ਮਤਲਬ ਕਿ ਨਾ ਹੋਈ, ਲਿਖ ਲਈ ਕੇਸ ਰਜਿਸਟਰ ਕੀਤਾ ਗਿਆ, ਉਹ ਵੀ ਬੇਇਨਸਾਫ਼ੀ ਸੀ ਜੀ। ਸਤਨਾਮ ਸਿੰਘ ਜੀ, ਇਸੇ ਦੇ ਨਾਲ ਇਹਦੇ ਉੱਤੇ ਜਿਹੜੇ ਰਿਐਕਸ਼ਨਸ ਆਏ ਨੇ ਸਿੱਖ ਪੰਥ ਦੇ ਵਿੱਚ, ਜਿਹੜੀਆਂ ਸਿੱਖ ਜਥੇਬੰਦੀਆਂ ਨੇ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਸਾਰਿਆਂ ਵੱਲੋਂ ਸਵਾਗਤ ਕੀਤਾ ਗਿਆ। ਜਦੋਂ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਫੈਸਲੇ ਦਾ ਜਿਹੜਾ ਹੈਗਾ ਉਹ ਸਵਾਗਤ ਕੀਤਾ ਗਿਆ। ਉਹਨਾਂ ਨੇ ਵੀ ਕਿਹਾ ਕਿ ਇਹ ਇੱਕ ਵਾਰ ਜਿਹੜੀ ਇਸ ਮਾਮਲੇ ਦੇ ਵਿੱਚ ਤੁਸੀਂ ਸਜ਼ਾ ਕੱਟ ਚੁੱਕੇ ਹੋ ਅਤੇ ਹੁਣ ਨਹੀਂ ਸੀ ਬਣਦੀ, ਸੋ ਇਸ ਫੈਸਲੇ ਨੇ ਜੋ ਅਦਾਲਤ ਨੇ ਸੈਸ਼ਨ ਜੱਜ ਦਿੱਲੀ ਦੀ ਨੇ ਕੀਤਾ ਹੈਗਾ ਉਹਦਾ ਅਸੀਂ ਸਵਾਗਤ ਕਰਦੇ ਹਾਂ। ਸੋ ਤੁਹਾਨੂੰ ਲੱਗਦਾ ਵੀ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਸਰਕਾਰ ਦਾ ਰਵੱਈਆ ਹੈਗਾ, ਖਾਸ ਤੌਰ 'ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰਨੀ ਹੋਵੇ, ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਜਿੱਥੇ ਸਿੱਖ ਇਨਵੋਲਵਡ ਹੁੰਦੇ ਨੇ, ਦੇਸ਼ ਧਰੋਹ ਦੀਆਂ ਜਾਂ ਦੇਸ਼ ਦੇ ਖਿਲਾਫ਼ ਜੰਗ ਵਿੱਢਣ ਦੀਆਂ ਧਾਰਾਵਾਂ ਲਾਈਆਂ ਜਾਂਦੀਆਂ ਨੇ, ਇਹਨਾਂ ਮਾਮਲਿਆਂ ਦੇ ਵਿੱਚ ਸਰਕਾਰ ਦੇ ਰਵੱਈਏ ਦੇ ਵਿੱਚ ਪਿਛਲੇ ਸਮੇਂ ਨੂੰ ਜਦੋਂ ਤੁਸੀਂ ਅੱਜ ਨਾਲ ਕੰਪੇਅਰ ਕਰਦੇ ਹੋ, ਕੋਈ ਅੰਤਰ ਆਇਆ ਇਹਦੇ ਵਿੱਚ? ਗੱਲ ਪਤਾ ਕੀ ਹੁੰਦੀ ਹੈ, ਜੀ ਅਮਰਿੰਦਰ ਸਿੰਘ ਗੱਲ ਕਾਂਗਰਸ ਪਾਰਟੀ ਦੀ ਨਹੀਂ ਹੈ, ਦੇਖੋ ਜਿਸ ਵੇਲੇ ਸਾਡੇ ਤੇ ਪਿਛਲੇ ਮਤਲਬ ਕਿ ਜੁਲਾਈ ਦੇ ਵਿੱਚ ਜਿਸ ਵੇਲੇ ਕੇਸ ਸਟਾਰਟ ਹੋਇਆ ਸੀ ਉਸ ਵੇਲੇ ਮਤਲਬ ਕਿ ਅਮਰਿੰਦਰ ਸਿੰਘ ਸੀਐਮ ਸੀ, ਉਸ ਵੇਲੇ ਅਗਰ ਕੇਸ ਸੀ ਮੈਂ ਇਕੱਠੇ ਨਹੀਂ ਕਰਦਾ ਜੀ, ਕੇਸ ਮਤਲਬ ਕਿ ਸਤਨਾਮ ਸਿੰਘ ਉਹਦੇ ਤੇ ਪਾਇਆ ਗਿਆ ਸਾਥੀ ਤੇ, ਇਹ ਕੇਸ ਬਣਦਾ ਹੀ ਨਹੀਂ ਹੈਗਾ ਇਹਨਾਂ ਨੇ, ਜਦ ਕਿ ਇਸ ਕੇਸ ਦੇ ਵਿੱਚ ਸਜ਼ਾ ਆਲਰੇਡੀ ਭੁਗ ਚੁੱਕੇ ਨੇ, ਤੇ ਇਸ ਤਰ੍ਹਾਂ ਇਸ ਵਾਸਤੇ ਅਸੀਂ ਪੂਰੀ ਤਰ੍ਹਾਂ ਲੀਗਲ ਏਡ ਦੇਣ ਨੂੰ ਵੀ ਤਿਆਰ ਹਾਂ। ਅਮਰਿੰਦਰ ਸਿੰਘ ਨੇ ਕੋਲ ਕਈ ਸਾਫਟ ਕਰਕੇ ਅਸੀਂ ਉਹਨਾਂ ਦਾ ਫੈਸ ਕੀਤਾ ਸੀ, ਸਾਨੂੰ ਮਤਲਬ ਕਿ ਇਹਨਾਂ ਨੇ ਆਫਰ ਕਰਤੀ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਕਰਕੇ ਅਸੀਂ ਤੁਹਾਡੀ ਪੂਰੀ ਲੀਗਲ ਏਡ ਤੇ ਹਰ ਕਿਸਮ ਦੀ ਮਦਦ ਤੁਹਾਡੀ ਕਰਨ ਨੂੰ ਤਿਆਰ ਹਾਂ। ਅਸੀਂ ਕਿਹਾ ਵੀ ਠੀਕ ਹੈ, ਗੱਲ ਸਾਡੀ ਸਿਆਸਤ ਦੀ ਨਹੀਂ, ਗੱਲ ਬਾਦਲ ਦਲ ਦੀ ਨਹੀਂ, ਇੱਕ ਸਿੱਖ ਇੰਸਟੀਟਿਊਸ਼ਨ ਹੈ ਜਿਸ ਵੇਲੇ ਇਲੈਕਟ ਹੋ ਜਾਂਦਾ ਅਗਰ ਉਹ ਸਾਡੀ ਮਤਲਬ ਕਿ ਬਾਹ ਫੜਦੇ ਨੇ ਜਿਵੇਂ ਕਿ ਹੋਰਾਂ ਦੀ ਵੀ ਫੜਦੇ ਨੇ, ਅਸੀਂ ਕਹਿੰਦੇ ਠੀਕ ਹੈ ਗੱਲ, ਅਸੀਂ ਮਤਲਬ ਕਿ ਸਾਡੇ ਤੇ ਕੋਈ ਐਸਾ ਇਲਜ਼ਾਮ ਨਾ ਲੱਗੇ ਜੇ ਵੀ ਕਾਂਗਰਸ ਪਾਰਟੀ ਜਿਹੜੀ ਹੈ, ਕਾਂਗਰਸ ਦੀ ਸਰਕਾਰ ਜਿਹੜੀ ਹੈ ਇਹਦਾ ਹੁਣ ਮਦਦ ਲੈ ਰਹੇ ਹੈ, ਅਸੀਂ ਉਹਦਾ ਧੰਨਵਾਦ ਕੀਤਾ। ਅਸੀਂ ਹੁਣ ਵੀ ਜਿਹੜਾ ਸਰਦਾਰ ਅਮਰਿੰਦਰ ਸਿੰਘ ਜੀ ਦਾ ਜਿਹੜੇ ਸੀਐਮ ਨੇ ਪੰਜਾਬ ਦੇ ਉਹਨਾਂ ਦਾ ਸਹਿਯੋਗ ਕਰਦੇ ਹਾਂ, ਜਿਹਨਾਂ ਨੇ ਮਤਲਬ ਕਿ ਮਤਲਬ ਕਿ ਸਾਨੂੰ ਮੁਬਾਰਕਬਾਦ ਦਿੱਤੀ ਹੈ, ਤੇ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਹੜਾ ਜਿਹੜਾ ਸ਼ੀਤਾਂ ਨੇ ਸਾਨੂੰ ਫੋਨ ਕਰਕੇ ਮਤਲਬ ਕਿ ਬਿਆਨ ਦੇ ਕੇ, ਤੇ ਉੱਥੇ ਮਤਲਬ ਕਿ ਪਰਮਜੀਤ ਸਿੰਘ ਜੀ ਸ਼ਰਮਾ ਵੀ ਆਏ ਸਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਸਨ, ਤੇ ਆਪਣਾ ਅਕਾਲੀ ਦਲ ਦੇ ਵੀ ਸੋਨੇ ਦਲ ਦੇ ਵੀ ਪ੍ਰਧਾਨ ਨੇ ਜੀ, ਹੋਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਈ ਉਹਦੇ ਵੀ ਹਰਮੀਤ ਸਿੰਘ ਕਾਲਕਾ ਵਗੈਰਾ ਵੀ ਆਏ ਸਨ, ਹੋਰ ਵੀ ਜਿਹੜੇ ਅਹੁਦੇਦਾਰ ਆਏ ਸਨ, ਤੇ ਜਿਹੜਾ ਉਹਨਾਂ ਦਾ ਲੀਗਲ ਸੈੱਲ ਹੈ ਸਾਰ ਮਤਲਬ ਕਿ ਹੈ ਨੇ ਜਸਵਿੰਦਰ ਸਿੰਘ ਜੀ ਡੋਲੀ ਨੇ,
ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਰਾ ਕੇਸ ਸਾਡਾ ਜਿਹੜਾ ਨਾ ਪੂਰੀ ਐਫਰਟ ਦੇ ਨਾਲ ਲੜਿਆ। ਅਸੀਂ ਛੋਟੇ ਖਾਲਸਾ ਪੰਥ ਦਾ ਜਿਹੜਾ ਸਾਨੂੰ ਅਰਦਾਸਾਂ ਕੀਤੀਆਂ, ਜਿਹਨਾਂ ਨੇ ਸਾਨੂੰ ਮੁਬਾਰਕਬਾਦ ਦਿੱਤੀ ਹੈ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਤੇ ਗੁਰੂ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੱਚੇ ਪਾਤਸ਼ਾਹ ਨੇ ਬਾਣ ਪੱਖੇ ਕੀਤੀ ਹੈ, ਸਾਨੂੰ ਇਨਸਾਫ਼ ਮਿਲਿਆ। ਅਸੀਂ ਇਹ ਵੀ ਚਾਹੁੰਦੇ ਹਾਂ ਆਉਣ ਵਾਲੇ ਵਕਤ ਚ ਖਾਲਸਾ ਪੰਥ ਜਿਹੜਾ ਏਕਤਾ ਦੇ ਨਾਲ ਕੌਮ ਦੀ ਅਣਖ ਹੈ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰੇ, ਤਾਂ ਕਿ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ, ਇੱਥੇ ਚੰਗਾ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਜਿਹੜਾ ਸਿਸਟਮ ਦੇ ਦੇਵੇ, ਇੱਕ ਆਦਰਸ਼ਕ ਮਾਡਲ ਸਮਾਜ ਖੇਡਿਆ ਜਾਵੇ, ਆਦਰਸ਼ਕ ਸਰਕਾਰ ਬਣਾਈ ਜਾਵੇ, ਆਦਰਸ਼ਕ ਮਨੁੱਖ ਨੂੰ ਖੇਡਿਆ ਜਾਵੇ, ਜੋ ਸਾਡੇ ਗੁਰੂ ਸਾਹਿਬਾਂ ਦਾ ਸੰਕਲਪ ਸੀ ਇਹ ਮਹਾਰਾਜ, ਤਾਂ ਕਿ ਕੋਈ ਵੀ ਆਉਣ ਵਾਲੇ ਵਕਤ ਤੇ ਗੁਰੂ ਗ੍ਰੰਥ ਸਾਹਿਬ ਦਾ ਮਾਣ ਨਾ ਕਰ ਸਕੇ, ਸਿੰਘਾਂ ਨੂੰ ਲੰਬੀ ਲੰਬੀਆਂ ਡੇਢਾਂ ਲਾਂਘੀਆਂ ਲਿਖੇ ਪਤਾ ਰਹਿਣਾ ਪਵੇ, ਨਾ ਸਕੂਲਾਂ ਲਿਖੇ ਸਾਡਾ ਜਿਹੜੀ ਹੈ ਪੰਜਾਬੀ ਭਾਸ਼ਾ ਖਤਮ ਹੋਵੇ। ਇਸ ਵਾਸਤੇ ਜਿਹੜਾ ਹੈ ਮੈਂ ਦੁਨੀਆਂ ਭਰ ਦੇ ਜਿਹੜੇ ਸਿੱਖ ਬੈਠੇ ਨੇ ਸੁਣ ਰਹੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸੱਚੇ ਪਾਤਸ਼ਾਹ ਬਲਕਿ ਅਸੀਂ ਮੈਂ ਕਿਹਾ ਬਾਣੀ ਪੜ੍ਹੀਏ, ਬਾਣੀ ਵਿਚਾਰੀਏ, ਬਾਣੀ ਆ ਸੰਸਾਰ ਜ਼ਿੰਦਗੀ ਨੂੰ ਬਸਰ ਕਰੀਏ, ਤੇ ਅਣਸ ਤੇ ਗੈਰਤ ਦੇ ਨਾਲ ਇਹ ਜ਼ਿੰਦਗੀ ਦੇ ਵਿੱਚ ਗੁਰਵਾਸੇ ਅਨੁਸਾਰ ਜ਼ਿੰਦਗੀ ਬਸਰ ਕਰੀਏ। ਜੀ ਬਿਲਕੁਲ ਸਤਨਾਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਇਸ ਸਾਰੇ ਮਾਮਲੇ ਬਾਰੇ ਸਾਨੂੰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹੂੰਗਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੇ ਸ਼ੋਅ ਦੇ ਵਿੱਚ ਅਸੀਂ ਜਿੱਥੇ ਸਾਡਾ ਸਮਾਂ ਸਮਾਪਤੀ ਦਾ ਹੋ ਗਿਆ, ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, ਇਸ ਪ੍ਰੋਗਰਾਮ ਨੂੰ, ਇਸ ਚੈਨਲ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਪਰ ਤਖ ਗੁਰੂ ਨਿਸਤਾਰੇ,
ਪਰ ਅਫਸੋਸ ਇੱਥੇ ਘਾਟ ਵੀ ਨਹੀਂ ਗੱਦਾਰਾਂ ਦੀ। ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਕਿਸੇ ਤੋਂ ਨਾ ਹਾਰੇ। ਖਾਲਸਾ ਜੀ, ਇੱਕ ਦੂਜੇ ਦੀਆਂ ਵਾਹਵਾਂ ਬਣੋ, ਵਾਹਵਾਂ ਭੰਨੋ ਨਾ।